अस्सलाम वालेकुम जी, मैं थोड़ा होस्ट बाबा जी खोरे सच संताली दे और खालसा राज फुटस्टेप्स नू लेके आज मैं पहुंचा चक 441 जीबी। कल चक 441 जीबी अगर तुसी देखो तहसील समुंदरी और जिला पुराना लालपुर और हुंदा फैसलाबाद है, तांदलियां वाला रोड दे उत्ते मेन रोड दे उत्ते ही है पिंड है, लेकिन इस पिंड दे हिस्ट्री बहुत ही प्यारी और रिच किस्म दी है। आज मैं फुटस्टेप्स लभ रहा सी सरदार रिटायर्ड सूबेदार सरदार बिंदा सिंह जी और उन्होंने जिहड़े पोते ने सरदार दविंदरपाल सिंह जी, जिहड़े कि हाल मुकाम जिहड़े ने वह कैनेडा होंदे ने और उन्हां दी फैमिली और उन्हां दे सिस्टर्स नूं लैके मैं अज इस जगह ते हाज़र होया सी। लेकिन इत्थों बहुत ही प्यारियां और मिठियां मिठियां यादां जिहड़ियां ने लोकां दीआं वह सामने आ रहियां ने। मुख्तलिफ इलाकियां चों लोग आए उन्हां दे नाल, जदों पंजाब दी वंड हुंदी है सन 47 हुंदा है कि अनएक्सपैक्टेडली 3 दिनां दे अंदर जदों पंजाब दी वंड दा सारा कुछ सामने आउंदा है ते उहदा की रिजल्ट निकलदा है लोकां दीआं यादां दे उत्ते, लोकां दीआं सोच दे उत्ते, रहण बहण दे उत्ते अज तक की असर है, मैं कुछ उहदे बारे च ही गल करना पसंद करांगा। मेरे सामने बैठे बजुर्गो अपना नाम दस्सिओ जी। जी जी की तुहाडा नाम? शफी मोहम्मद। शफी मोहम्मद, तुहाडा किहड़ा पिंड सी जी? बू। अच्छा जी, तुसीं वी बू तों ही हो ते लागे लागे दे कुछ जिहड़े पिंड ने उहनां दे मुतलक थोड़ा दसो। दस देने आ जी। साडे लागे सी हादर लगदी बुरजां दी, दो सी बुरज पिंड सिखां दे। हाँ जी। एक जंदा वाला सी उह वी सिखां दा सी ते अगे इक किरसोवाल सी उह वी सिखां दी सी ते इक सी इक दे इक जिहड़े कंडे ते सी ना उह किरसोवाल उह च मुसलमान वी हैगे सी। अच्छा अच्छा। ते तुसी तुहाडी किन्नी उम्र सी जदों पंजाब दी वंड होई? 13 साल दी। 18 साल दी सी। तुसी पढ़दे सी? हैं पढ़ना पुढ़दा नहीं, माल चार दे ने पढ़ना जी। ठीक है जी, डंगर वच्छा चार दे सी। ते तुसी बचपन दे कोई अपने हाड़ी जिहड़े ने कोई उहनां दे नाम याद ने बचपन दे दोस्तां दे? नहीं, मैं सिखां नाल बहुता साडा वाह नहीं सी, साडे लड़ाईआं सिखां नाल हुंदियां हुंदियां सी। ਕਿਉਂ? ਹੋਰ ਸਾਡੇ ਨਾਲ ਕੋਈ ਗੱਲ ਨਹੀਂ ਸੀ ਹੁੰਦੀ। ਕਿਉਂ ਹੁੰਦੀ ਹੁੰਦੀ ਸੀ? ਇਸੇ ਵਾਸਤੇ ਕਦੀ ਮੋਗਾ ਬੰਦ ਕਰ ਲਿਆ, ਕਦੀ ਸੂਆ ਬੰਦ ਕਰ ਲਿਆ, ਉਹ ਫਿਰ ਅਸੀਂ ਜਾਣਾ ਢੋਲ ਮਾਰ ਦੇਣਾ ਪਿੰਡ ਦੇ ਵਿੱਚ। ਅੱਛਾ। ਸਭ ਜਾਣਾ ਫਿਰ ਸਾਰਾ ਪਗੜੀ ਬੰਨ ਸਾਰਿਆਂ ਨੇ ਜਾਣਾ। ਅੱਛਾ। ਅਤੇ ਉੱਥੇ ਜਾਣਾ ਫਿਰ ਉੱਥੇ ਜਿਹੜੀ ਹੋਵੇ ਕਰੇ ਕਦਾ। ਅਤੇ ਨਹੀਂ ਦੇਖੋ, ਅਗਰ ਸਾਰਿਆਂ ਦੀ ਆਪਣੀਆਂ ਆਪਣੀਆਂ ਯਾਦਾਂ ਨੇ ਨਾ, ਅਗਰ ਇਹਨਾਂ ਦੀ ਖੋਰੀ ਹੈ ਅਤੇ ਉਹਦੇ 'ਚ ਵੀ ਕੋਈ ਨਹੀਂ ਹੈ ਕਿ ਬਿਖੋਰੀ ਕਿਉਂ ਹੈ। ਸਭ ਦੀਆਂ ਜ਼ਰੂਰੀ ਨਹੀਂ ਕਿ ਮਿੱਠੀਆਂ ਹੋਣ ਔਰ ਸਭ ਦੀਆਂ ਜ਼ਿਆਦਾ ਜ਼ਰੂਰੀ ਨਹੀਂ ਕਿ ਉਹ ਖੋਰੀਆਂ ਹੋਣ। ਅਤੇ ਤੁਸੀਂ ਜਿਹੜਾ ਰਹਿਣ ਬਹਿਣ ਸੀ ਆਪਣਾ ਪਿੰਡ ਦੇ ਵਿੱਚ, ਉਹਦੇ ਬਾਰੇ 'ਚ ਕੁਛ ਦੱਸੋ। ਰਹਿਣ ਬਹਿਣ ਸਾਡੇ ਕੋਈ ਬਾਬਾ ਨੂਰਦੀਨ ਸੀ। ਇੱਕ ਹੀ ਬਾਬਾ ਬਸ ਨੂਰਦੀਨ ਸੀ? ਨਹੀਂ, ਪੂਰੇ ਪਿੰਡ 'ਚ ਤਿੰਨ ਘਰ ਸੀ। ਅੱਛਾ। ਹਾਜੀਆਂ ਦਾ ਸੀ ਅਤੇ ਇੱਕ ਬਾਬੇ ਨੂਰਦੀਨ ਦਾ ਸੀ, ਇੱਕ ਉਹਦੇ ਨਾਲ ਸੀ ਹਵੇਲੀ ਉਹਦਾ ਮਨਚੇਟਾ ਨੀਗਾ। ਠੀਕ ਹੈ। ਤਿੰਨ ਘਰ ਸੀ ਜਰਾ ਸਹਿੰਦੇ ਚੰਗੇ ਮਾਲਕੀ ਚ ਵੀ ਸਹੀ। ਤਾਂ ਕਿੰਨੇ ਡੰਗਰ ਵਿੱਚ ਸੀ ਆਪਣਾ? ਆਪਣਾ ਹਾਂਜੀ 4-7 ਮਹੀਂ ਸੀ ਤੇ ਵੱਛੀਆਂ ਪਾ ਕੇ 20 ਗਾਂ ਸੀ। ਸਹੀ। ਤੇ ਅੱਛਾ, ਜਦੋਂ ਉੱਥੋਂ ਨਿਕਲੇ ਹੋ, ਜਦੋਂ ਤੁਸੀਂ ਉੱਥੋਂ ਨਿਕਲੇ ਹੋ, ਹਾਂਜੀ, ਤੁਸੀਂ ਕੀ ਲੈ ਕੇ ਨਿਕਲੇ ਉੱਥੋਂ? ਅਸੀਂ ਉੱਥੋਂ ਨਿਕਲੇ ਹਾਂ, ਪਹਿਲਾਂ ਸਾਨੂੰ ਕੱਢ ਕੇ ਲੜਾਂ ਦੇ ਵਿੱਚ ਖੜਵਾਤਾ ਸੀ। ਅੱਛਾ। ਉੱਥੇ ਸਾਡੇ ਕੋਲ ਕੁਛ ਨਹੀਂ ਸੀ। ਕਿੰਨੇ ਕੱਢ ਕੇ ਖਿਲਾ ਰਿਹਾ ਸੀ ਤੁਹਾਨੂੰ? ਡੋਗਰੇ ਨੇ, ਡੋਗਰੇ ਮਿਲਟਰੀ ਨੇ। ਡੋਗਰਾ ਮਿਲਟਰੀ? ਆਹ। ਅੱਛਾ। ਅਤੇ ਉਹਨਾਂ ਸਾਨੂੰ ਕੁਛ ਬੜਾ ਚਿਆ ਫਿਰ ਅਤੇ ਉੱਥੇ ਜਿਹੜੇ ਸਾਡੇ ਅੰਨੇ ਉਹਨੇ ਮਾੜੇ ਗਰੀਬ ਜਿਹੜਾ ਗੋਡਿਆਂ 'ਚ ਵੀ ਰਹੇ ਸੀਗੇ, ਉਹਨਾਂ ਵਾਸਤੇ ਅਸੀਂ ਸਾਰਿਆਂ ਸਾਡਿਆਂ ਸਿਆਣਿਆਂ ਬੰਦਿਆਂ ਨੇ ਆਖਿਆ ਵੀ ਇਹਨਾਂ ਨੂੰ ਗੱਡਾ ਸਾਨੂੰ ਗੱਡੇ ਜੋੜ ਲੈਣ ਦਿਓ ਅਤੇ ਅਸੀਂ ਉੱਥੇ ਵਹਾ ਕੇ ਲਿਜਾਣੇ ਆ। ਜੀ ਜੀ। ਹੈਂ ਉਹਨਾਂ ਨੇ ਫਿਰ ਗੱਡੇ ਸਾਨੂੰ ਜੋੜਨ ਦਿੱਤੇ ਸੀ ਵਿਹਲੇ, ਉੱਥੇ ਅਸੀਂ ਕੁਛ ਨਹੀਂ ਲਿਆ ਜੀ, ਤਲਾਸ਼ੀ ਸਾਡੀ ਲੈ ਕੇ ਫਿਰ ਸਾਨੂੰ ਗਾਰ ਕੱਢਦੇ। ਵਜ੍ਹਾ ਕੀ ਕਿ ਆਪਣੇ ਘਰ ਦਾ ਸਮਾਨ ਨਹੀਂ ਲੈ ਕੇ ਤੁਸੀਂ ਆ ਸਕਦੇ? ਨਹੀਂ, ਉਹਦੀ ਬਿਲਕੁਲ ਨਹੀਂ ਕੋਈ ਲਿਆ। ਉਹਦੀ ਕੀ ਵਜ੍ਹਾ ਸੀ? ਵਜ੍ਹਾ ਸੀ ਸਿੱਖ ਨਹੀਂ ਸੀ ਆਉਣ ਦਿੰਦੇ, ਜਿਹੜੀ ਸ਼ਾਇਦ ਉਹ ਕਬਜ਼ੇ ਕੀਤੀ ਖੜੇ ਡੋਗਰਿਆਂ ਨਾਲ ਰਲ ਕੇ।
ਸਹੀ ਥਾਣੇਦਾਰ ਸੀ ਅੱਛਾ ਹਾਂ ਯਾਦ ਹੈ ਕੌਣ ਸੀ ਥਾਣੇਦਾਰ ਤੁਹਾਡਾ ਹੈ ਤੁਹਾਡਾ ਥਾਣੇਦਾਰ ਉਸ ਵੇਲੇ ਕੌਣ ਸੀ ਯਾਦ ਹੈ ਤੁਹਾਨੂੰ ਕੌਣ ਸੀ ਥਾਣੇਦਾਰ ਹੈਗਾ ਸਿੱਖ ਸੀ ਨਾਮ ਨਹੀਂ ਯਾਦ ਤੁਹਾਨੂੰ ਨਹੀਂ ਠੀਕ ਅਤੇ ਉਸ ਤੋਂ ਬਾਅਦ ਤੁਸੀਂ ਜਦੋਂ ਉੱਥੋਂ ਫਿਰ ਤੁਹਾਨੂੰ ਇਕੱਠਾ ਕੀਤਾ ਇਕੱਠਾ ਕਰਨ ਤੋਂ ਬਾਅਦ ਗੱਡਿਆਂ ਦੇ ਉੱਤੇ ਬਜ਼ੁਰਗਾਂ ਨੂੰ ਬਿਠਾ ਲਿਆ ਫਿਰ ਜਦੋਂ ਤੁਸੀਂ ਨਿਕਲੇ ਉੱਥੋਂ ਹਾਂ ਫਿਰ ਅੱਗੇ ਕਿੱਥੇ ਆਏ ਅੱਗੇ ਅਸੀਂ ਪੱਕੀ ਛੱਡ ਕੇ ਪਏ ਲਾਹੌਰ ਨੂੰ ਸਿੱਧੇ ਲਾਹੌਰ ਆ ਗਏ ਤੁਸੀਂ ਲਾਹੌਰ ਆਏ ਨਹੀਂ ਸੀ ਨਾ ਅਜੇ ਤੁਸੀਂ ਰਾਹ 'ਚ ਤਾਂ ਬਥੇਰਾ ਕੁਛ ਹੋਇਆ ਹੈ ਦੱਸੋ ਨਾ ਜੋ ਮੈਂ ਤੁਹਾਨੂੰ ਇਹੀ ਪੁੱਛਿਆ ਜਿਹੜੇ ਅਸੀਂ ਭੱਗੂਪੁਰ ਦੇ ਬਰੋਬਰ 'ਚ ਆਏ ਹਾਂ ਨਾ ਉਹਨਾਂ ਸੜਕ ਵੱਢ ਦਿੱਤੀ ਸੀ ਅੱਛਾ ਸੜਕ ਹੀ ਖਤਮ ਕਰ ਸਿੱਖਾਂ ਨੇ ਸਿੱਖ ਪਾਣੀ ਫਿਰ ਮਾਨਦਾ ਸਾਡੀ ਤੁਰੇ ਕੌਣ ਵਸੇ ਲੰਘੇ ਸਾਡੇ ਤਿੰਨ ਗੱਡੇ ਲੰਘ ਗਏ ਸੀ ਅਤੇ ਬਾਕੀ ਕਿਨਾ ਖੜੋ ਗਏ ਸੀ ਸਾਰੇ ਪਿਛਾਬ ਲੈਣ ਉੱਥੋਂ ਥੋੜ੍ਹੀ ਦੇਰ ਸਾਰੀ ਉਹ ਫਿਰ ਲਾਪੇ ਸਾਨੂੰ ਉਹਨਾਂ ਨੇ ਆਖਿਆ ਸਾਡੇ ਕੋਲ ਛੋਟੇ ਵੀ ਨਹੀਂ ਸੀ ਰਹਿਣ 'ਤੇ ਅਤੇ ਉਹ ਟੋਕੇ ਹੈ ਨਾ ਪੱਠੇ ਕੁਦਰਨ ਵਾਲੇ ਜੀ ਜੀ ਉਹਨਾਂ ਦੇ ਨਾਲ ਫਿਰ ਅਸੀਂ ਛਾਪੇ ਟਾਹਲੀਏ ਵੱਡੇ ਵੱਡੇ ਅਤੇ ਉਹ ਰੁੜਦੇ ਆਉਣ ਉਹ ਅੜਦੇ ਗਏ ਅਤੇ ਫਿਰ ਜਾ ਕੇ ਵਕਤਾਂ ਵਰਦਾ ਸਿਆਣਿਆਂ ਬੰਦਿਆਂ ਨੇ ਕਰਕੇ ਨਾ ਅਤੇ ਗੱਡੇ ਨਗਾਏ ਫਿਰ ਅੱਗੋਂ ਆ ਗਿਆ ਪੱਟੀ ਦਾ ਮੋੜ ਪੱਟੀ ਨੂੰ ਜਾਣਾ ਸੀ ਉਹਨੇ ਸਾਨੂੰ ਲੈ ਕੇ ਵੀ ਅਸੀਂ ਇਹਨਾਂ ਨੂੰ ਮਾਰਾਂਗੇ ਪੱਟੀ 'ਤੇ ਹਾਂ ਪੱਟੀ ਸਾਡਾ ਥਾਣਾ ਸੀ ਹਾਂਜੀ ਉੱਥੇ ਪੱਟੀ ਬਾਰੇ ਮੈਂ ਅੱਗੇ ਵੀ ਸੁਣਿਆ ਕਿ ਪੱਟੀ ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਲੋਕਾਂ ਦੀ ਕੱਢ ਵੱਢ ਕੀਤੀ ਜਾਵੇ ਆਹੋ ਅਤੇ ਉਹ ਉੱਥੇ ਜਿਹੜੇ ਸਾਡਾ ਗੱਡੇ ਤਿੰਨ ਮੁੜੇ ਨਾ ਜੀ ਅਤੇ ਉਹ ਅਸੀਂ ਖੜੋ ਗਏ ਜੀ ਜੀ ਅਸੀਂ ਆਖਿਆ ਵੀ ਅਸੀਂ ਉਹ ਡੋਗਰਿਆਂ 'ਤੇ ਆ ਕੇ ਤੁਸੀਂ ਤੁਰਦੇ ਨਹੀਂ ਗਏ ਘੋੜੀਆਂ ਵੀ ਸਾਡੇ ਕੋਲ ਖੋਰੀਆਂ ਡੋਗਰਿਆਂ ਨੇ ਸਭ ਕੁਛ ਹੀ ਆਖਿਆ ਅਸੀਂ ਆਖਿਆ ਵੀ ਅਸੀਂ ਤਾਂ ਜਾਣਾ ਸਿੱਧੇ ਲਾਹੌਰ ਨੂੰ ਸਾਡਾ ਬਹੁਤ 10-20 ਮਿੰਟ ਝਗੜਾ ਪੈ ਰਿਹਾ ਉਹ ਉਹਦੇ ਨੂੰ ਸਾਡਾ ਜੇ ਰੈਲੀ ਦੇ ਨਾਰੇ ਵੱਜ ਗਏ ਇੱਧਰੋਂ ਲਾਹੌਰੋਂ ਆਪਣੇ ਚਲੇ ਗਏ ਦੋ ਗਈਆਂ ਤੇ ਕਾਰਾਂ ਦੀਆਂ ਤਿੰਨ ਉਹਨਾਂ 'ਚ ਦੋ ਦੋ ਬੰਦੇ ਸੀ ਉਹਨਾਂ 'ਚ ਨਾਰੇ ਮਾਰੇ ਸੀ ਉਹਨਾਂ ਦੇ ਕੱਠੇ ਆ ਓਏ ਕੌਣ ਆ ਜਿਹੜੇ ਫੈਲ ਕਿਤੇ ਨਾ ਦੇ ਕੇ ਦੋ ਦੋ ਕੋਈ ਨਹੀਂ ਸਾਨੂੰ ਡੋਗਰਾ ਨਹੀਂ ਸੀ ਨਹੀਂ ਕੁਛ ਸਿੱਖ ਨਹੀਂ ਸੀ ਬਸ ਚਲੇ ਗਏ ਮੁੜ ਗਏ ਫਿਰ ਅਸੀਂ ਉੱਥੋਂ ਜੂਨ ਤੁਰੇ ਹਾਂ ਹਡਿਆਰੇ ਆ ਗਏ ਹਾਂ ਬਾਰਡਰ 'ਤੇ ਬਾਰਡਰ 'ਤੇ ਆਣ ਕੇ ਉੱਥੇ ਰਾਤ ਰਹੇ ਦੋ ਸ਼ਾਹ ਨਹਿਰੂ ਸ਼ਾਹ ਬਾਰਡਰ 'ਚ ਆਹ ਪਾਕਿਸਤਾਨ ਆ ਅਤੇ ਆਹ ਅਸੀਂ ਬੈਠੇ ਫਿਰ ਸਾਨੂੰ ਚੋਣਾਂ ਨੇ ਗਾ ਪਾਕਿਸਤਾਨ 'ਚ ਵੜਿਆ ਹੋਰ ਪੁੱਛੋ ਅੱਗੇ ਦੱਸੋ ਫਿਰ ਉੱਥੋਂ ਤੁਸੀਂ ਅੱਗੇ ਕਿੱਥੇ ਪਹੁੰਚੇ ਅੱਗੇ ਅਸੀਂ ਪਹੁੰਚੇ ਇੱਥੇ ਆਏ ਹਾਂ ਸਿੱਧਾ ਇੱਥੇ ਆਏ ਸੀ ਲਾਹੌਰ ਨਹੀਂ ਠਹਿਰੇ ਕੈਂਪ ਨਹੀਂ ਲੱਗਾ ਤੁਹਾਡਾ ਲਾਹੌਰ ਨਹੀਂ ਸਿੱਧੇ ਤੁਰੇ ਆਏ ਅਸੀਂ ਵੀ ਕੈਂਪ ਘੁੰਮ ਵਿੱਚ ਰਹੇ ਅੱਛਾ ਤੁਸੀਂ ਸਿੱਧਾ ਇੱਥੇ ਹੀ ਪਿੰਡ ਜਿਹੜਾ 441 ਸਾਂਧਾਂ ਵਾਲੀਆਂ ਦੇ ਵਿੱਚ ਆ ਕੇ ਹਾਂ ਅਤੇ ਇੱਥੇ ਆ ਕੇ ਪਿੰਡ ਦੇ ਤੁਸੀਂ ਕੀ ਹਾਲ ਦੇਖਿਆ ਬਾਰੀਆਂ ਬੂਰੀਆਂ ਬੂਹੇ ਸਾਰੇ ਜਿਹੜੇ ਸੁਣੇ ਵਸਿੰਦੇ ਖੇਡ ਕੇ ਲੈ ਗਏ ਸੀ ਆਹ ਤਾਂ ਬਾਅਦ 'ਚ ਸਾਨੂੰ ਰੱਬ ਨੇ ਸਿੱਖ ਚਲੇ ਗਏ ਉਹਨਾਂ ਪੱਟਣੇ 'ਚ ਇਹਨਾਂ ਦੇ ਕਿਸੇ ਗੱਲਵਾਣੇ ਦੇ ਸੀ ਸਹੀ ਤਾਂ ਫਿਰ ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਔਰ ਖੋਰੇ ਸੱਚ 47 ਦੇ